ਫਰਗੰਦਾ ਲੋਧੀ ਦੀ ਅਗਲੀ ਕਹਾਣੀ ਅੱਲਾ ਲੋਕ ਪੀਰ ਜੀ ਹੋਰੀ ਮਾਪਿਆਂ ਦੀ ਪਲੇਠੀ ਦੇ ਪੁੱਤਰ ਹੋਣ ਕਰਕੇ ਚੰਗੇ ਲੋਡੇ ਸਨ ਮਾਂ ਉਹਨਾਂ ਨੂੰ ਟਿੱਕਾ ਆਖਦੀ ਪਰ ਉਹਨਾਂ ਦੀ ਅੱਲ ਪੀਰ ਜੀ ਪੈ ਗਈ ਛੋਟੇ ਵੱਡੇ ਨਿਆਣੇ ਸਿਆਣੇ ਉਹਨਾਂ ਨੂੰ ਪੀਰ ਜੀ ਆਖਦੇ ਉਹ ਆਪਣੀ ਇਸ ਅੱਲ ਤੋਂ ਨਾ ਖੁਸ਼ ਹੁੰਦੇ ਨਾ ਰੰਜ ਪਰ ਜਦੋਂ ਪੀਰ ਜੀ ਦੇ ਪਿਓ ਉਹਨਾਂ ਨੂੰ ਪੀਰ ਜੀ ਸੱਦਣਾ ਸ਼ੁਰੂ ਕੀਤਾ ਉਹਨਾਂ ਨੂੰ ਭੋਰਾ ਵੀ ਚੰਗਾ ਨਾ ਲੱਗਿਆ ਤੇ ਉਹਨਾਂ ਨੇ ਔਖੇ ਹੋ ਕੇ ਪਿਓ ਨੂੰ ਆਖਿਆ ਤੁਸੀਂ ਤੇ ਇਹ ਆਲਣਾ ਵਰਤੋ ਕਿਉਂ ਪੀਰ ਜੀ ਦੇ ਪਿਓ ਤਫੱਜ਼ਲ ਅਲੀ ਸ਼ਾ ਪੁੱਤਰ ਨੂੰ ਪੁੱਛਿਆ ਤੇ ਫਿਰ ਆਪਣੀ ਗੱਲ ਅਗਾਹ ਵਧਾਈ ਤੂੰ ਪੀਰਾਂ ਦੀ ਔਲਾਦ ਜੋ ਹੋਇਆ ਪੁੱਤਰ ਤੂੰ ਪੀਰ ਨਹੀਂ ਖਾਏਗਾ ਤੇ ਹੋਰ ਕੌਣ ਖਾਏਗਾ ਤਫੱਜ਼ਲ ਅਲੀ ਸ਼ਾ ਦਾ ਤਾਂ ਦਾ ਲੋਕਾਂ ਨੂੰ ਤਵੀਤ ਧਾਗਾ ਦੇਣਾ ਸੀ ਤੇ ਵਾਵਾ ਆਮਦਨੀ ਸੀ ਇਹ ਪੇਸ਼ਾ ਉਹਨਾਂ ਦਾ ਜੱਦੀ ਪੁਸ਼ਤੀ ਹੋਣ ਕਰਕੇ ਦਮਫੂਕ ਕਰਨ ਦੇ ਪੈਸੇ ਵਸੂਲ ਕਰਨਾ ਕੋਈ ਤਾਨਾ ਮੇਣਾ ਨਹੀਂ ਸੀ ਉਨਾ ਲਈ ਪਰ ਪੀਰ ਜੀ ਨੂੰ ਖੌਰੇ ਕੀ ਚੜਸੀ ਜਦ ਦਾ ਹੋਸ਼ ਸੰਭਾਲਿਆ ਪਿਓ ਨਾਲੇ ਟਖੜਕਾ ਆਉਣ ਲੱਗ ਪਿਆ ਉਹ ਜੋ ਨਿੱਕੇ ਹੁੰਦੇ ਆ ਤੋਂ ਆਪਣੀ ਦੁਨੀਆ ਚ ਰਹਿਣਾ ਪਸੰਦ ਕਰਦੇ ਸਨ ਪੀਰ ਜੀ ਹੋਰੀ ਦੁਨੀਆ ਵੀ ਲੰਬੀ ਨਾ ਪੜ ਸਕੇ ਕਿਉਂਕਿ ਘਰ ਚ ਰੀਤ ਰਿਵਾਜ ਨਹੀਂ ਸੀ ਵੱਡੇ ਸ਼ਾਹ ਸਾਹਿਬ ਆਪਣੇ ਜੱਦੀ ਇਲਮ ਤੇ ਫਖਰ ਕਰਦੇ ਸਨ ਪਰ ਮੁੰਡੇ ਨੂੰ ਕੋਈ ਅਜੇ ਹੀ ਲੋ ਲੱਗ ਗਈ ਕਿ ਉਹਨਾਂ ਦਾ ਜੀ ਇੱਧਰ ਬੈਠਦਾ ਨਹੀਂ ਸੀ ਉਹਨਾਂ ਦੇ ਅੰਦਰ ਇੱਕ ਬਗਾਵਤ ਸੀ ਆਪਣੇ ਸੈਟਅਪ ਦਾ ਰਿਲੈਕਸ਼ਨ ਉਹਨਾਂ ਦੇ ਅੰਦਰੋਂ ਫੁੱਟਦਾ ਪੁੰਗਰਦਾ ਸੀ ਇੱਕ ਦਿਹਾੜੇ ਤੇ ਉਹਨਾਂ ਮੂੰਹ ਤੇ ਆਖ ਦਿੱਤਾ ਅੱਬਾ ਜੀ ਮੈਂ ਤੁਹਾਡੀ ਪੀੜੀ ਨਹੀਂ ਜਾਣਾ ਮਤਲਬ ਇਹ ਸੀ ਮੈਂ ਆਪਣਾ ਚੋਗਾ ਕਿਧਰੋਂ ਹੋਰਵੇਂ ਲੱਭਾਂਗਾ ਇਸ ਗੱਲ ਤੇ ਪੀਰ ਜੀ ਦੀ ਮਾਂ ਜੰਨਤ ਤੜਫ ਕੇ ਪਈ ਪੀਰ ਜੀ ਦਾ ਹੀ ਪੱਕ ਉਸ ਪਹਿਲਾਂ ਨਹੀਂ ਸੀ ਵੇਖਿਆ ਵਿਗਿੰਜ ਜੰਮਦੀ ਮੈਂ ਤੈਨੂੰ ਜੇ ਤੂੰ ਅੱਜ ਪਿਓ ਨੂੰ ਸਾਵਾ ਹੋ ਖਲੋਤਾ ਸੀ ਸਾਡਾ ਰਿਜ਼ਕ ਕਿਵੇਂ ਰਾਵ ਹਲਾਲ ਪੁੱਤਰ ਸਦਾ ਪਿਓਾਂ ਦੀ ਪਈ ਪੈਂਟ ਸਾਹਮਦੇ ਆਏ ਤੂੰ ਵੱੱਲਾ ਏ ਚੱਲ ਮਾਫੀ ਮੰਗ ਪਿਓ ਤੋਂ ਜੰਨਤ ਤੇ ਵਿਚਾਰੀ ਪੁੱਤਰ ਵੱਲੋਂ ਬਹੁਤ ਸ਼ਰਮਸਾਰ ਸੀ ਪੀਰ ਜੀ ਜਿੱਥੇ ਖਲੋਤੇ ਸਨ ਖਲੋਤੇ ਰਹੇ ਵੱਡੇ ਸ਼ਾਹ ਔਰੰਗਜ਼ੇ ਵੀ ਆਪਣੀ ਹਾਰ ਮੰਨ ਲਈ ਤਸਬੀਹ ਫੇੜਦੇ ਆਪਣੇ ਅਸਤਾਨੇ 'ਵਲ ਰਲਕ ਗਏ ਉਹ ਜਾਣਦੇ ਸਨ ਜਦੋਂ ਅਵੱਲਾ ਵੇਰ ਖਲੋਵੇ ਤੇ ਆਪ ਦਾ ਉਸ ਥਾਂ ਖਲੋਣਾ ਚੰਗਾ ਨਹੀਂ ਹੁੰਦਾ ਪੀਰ ਜੀ ਜਿਵੇਂ ਜਿਵੇਂ ਜਵਾਨੀ ਵੱਲ ਵਧੇ ਬਹੁਤ ਬਜ਼ਿੱਦ ਹੁੰਦੇ ਗਏ ਉਹਨਾਂ ਦੇ ਬੁੱਲਾਂ ਦੇ ਵੱਡੇ ਸ਼ਾਹਵਰਾਂ ਦੀ ਤਰ੍ਹਾਂ ਜ਼ਿਕਰ ਨਹੀਂ ਸੀ ਰਹਿੰਦਾ ਸਗੋਂ ਬੁਸ਼ਰੇ ਤੇ ਫਿਕਰ ਖਿਲਰਿਆ ਨਜ਼ਰ ਆਉਂਦਾ ਇੱਕ ਉਦਰੇਵਾ ਖਿੰਡਿਆ ਹੁੰਦਾ ਪੁੱਤਰ ਜੀ ਘਰ ਚੋਪਰਿਆਂ ਵਾਂਗੋਂਦੇ ਜੇ ਕਿਸੇ ਰੋਟੀ ਟੁਕੜਾ ਅੱਗੇ ਰੱਖ ਦਿੱਤਾ ਤੇ ਖਾ ਲਿਆ ਨਹੀਂ ਤੇ ਆਪਣੀ ਕੋਠੜੀ ਜਾਵੜਦੇ ਉਹਨਾਂ ਦੀ ਕੋਠੜੀ ਛੱਤ ਮਾਰਨ ਦੀ ਵੀ ਕਿਸੇ ਨੂੰ ਖੁੱਲ ਨਹੀਂ ਸੀ ਉਹ ਆਪਣੇ ਸਾਰੇ ਕੰਮ ਆਪ ਆਪਣੇ ਹੱਥੀਂ ਕਰਦੇ ਖੋਰੇ ਮਾਂ ਭੈਣ ਜਾਂ ਕਾਮਿਆਂ ਨੂੰ ਤਕਲੀਫ ਦੇਣ ਦੇ ਹੱਕ 'ਚ ਨਹੀਂ ਸਨ ਤੇ ਮਾਂ ਨੂੰ ਕਦੇ-ਕਦੇ ਪੁੱਤਰ ਦੇ ਇਸ ਵਰਤਾਰੇ ਤੇ ਫਖਰ ਹੋਣ ਲੱਗ ਪੈਂਦਾ ਤੇ ਉਹ ਵੱਡੇ ਸ਼ਾਹ ਦਾ ਗੋਡਾ ਹਲੂਣ ਕੇ ਦੱਸਦੀ ਅਸੀਂ ਕਿੰਨੇ ਬਖਤਾਵਰ ਸਾਡਾ ਜਣਿਆ ਇਸ ਉਮਰੇ ਦੁਨਿਆਵੀ ਤਮਾ ਛੱਡ ਕੇ ਰੱਬ ਦੇ ਰਸਤੇ ਤੇ ਪੈ ਗਿਆ ਏ ਸੋਹਣਿਆ ਲਾ ਕੀਤਾ ਤੱਕਰਨੀ ਵਾਲਾ ਪੀਰ ਹੋਵੇਗਾ ਗੰਡੇ ਤਵੀਦ ਦੀ ਲੋੜ ਹੀ ਨਹੀਂ ਪੈਣੀ ਕੱਲੀ ਫੂਕ ਚੱਲੇਗੀ ਮੇਰੇ ਪੁੱਤਰ ਦੀ ਜਿੱਦੇ ਤੇ ਨਜ਼ਰ ਸੁਅਲੀ ਪਾਏਗਾ ਉਹਦੀ ਲਹਿਰ ਬਹਿਰ ਹੋ ਜਾਏਗੀ ਜਨਤੇ ਮੈਨੂੰ ਤੇ ਤੇਰੇ ਜਣੇ ਚ ਜਈ ਕੋਈ ਗੱਲ ਨਜ਼ਰ ਨਹੀਂ ਆਉਂਦੀ ਦੁਖੇ ਵੀ ਪੀ ਕਮਲਾ ਵੀ ਨਹੀਂ ਚੰਗੀਆਂ ਭਲੀਆਂ ਸਿਆਣੀਆਂ ਗੱਲਾਂ ਕਰਦਾ ਅੱਲਾ ਲੋਕ ਜੋ ਹੋਇਆ ਅੱਲਾ ਲੋਕ ਤੂੰ ਮਾਂ ਜੋ ਹੋਈ ਜਨਤੇ ਵੱਡੇ ਸ਼ਾਹ ਸਾਹਿਬ ਹੱਸ ਕੇ ਟਾਲ ਦਿੰਦੇ 15ਵੇਂ ਬਰੇ ਚ ਪੈਰ ਧਰਦਿਆਂ ਹੀ ਪੀਰ ਜੀ ਨੇ ਆਪਣਾ ਅਨ ਪਾਣੀ ਅੱਡ ਕਰ ਲਿਆ ਤਫੱਜ਼ਲ ਸ਼ਾਹ ਨੂੰ ਪੁੱਤਰ ਬਨੂ ਹਰਕ ਜਾਂ ਲੱਗ ਗਿਆ ਉਹਨਾਂ ਜਨਤੇ ਨੂੰ ਜਿਹੜੀ ਪੁੱਤਰ ਦੇ ਅੱਡ ਹੋਣ ਤੇ ਕਲਪ ਦੀ ਸੀ ਆਖਿਆ ਜੋ ਰੱਬ ਕਰੇ ਸੋ ਹੋ ਜਨਤੇ ਚਿੜੀ ਚੰਗੂ ਕੋਲ ਕਿਹੜਾ ਹੁਨਰ ਹੁੰਦਾ ਜਿਨੇ ਝੁੰਝ ਦਿੱਤੀ ਏ ਚੋਗ ਵੀ ਦੇਵੇਗਾ ਤੋਨਾ ਕਲਪ ਹੁਣ ਪੀਰ ਜੀ ਸਰਗੀ ਵੇਲੇ ਉੱਠ ਕੇ ਆਪਣੀ ਕੋਠੜੀ ਅੱਗੇ ਲੱਗੇ ਨਲਕੇ ਥੱਲੇ ਸਾਫਾ ਬਣ ਕੇ ਨਹਾਉਂਦੇ ਤੇ ਖੋਰੇ ਕਿਹੜੇ ਪਾਸੇ ਨਿਕਲ ਜਾਂਦੇ ਯਾ ਫਿਰ ਕੋਠੜੀ ਚ ਵੜ ਕੇ ਤੇ ਕੈਦਹਾੜੇ ਅੰਦਰ ਰਹਿੰਦੇ ਮਾਂ ਭੈਣ ਬਾਹਰੋਂ ਬੁਹਾ ਠੋਰਦੀਆਂ ਪਰ ਅੰਦਰੋਂ ਕੋਈ ਉੱਤਰ ਨਾ ਆਉਂਦਾ ਮਾਂ ਦੇ ਕਾਲਜੇ ਨੂੰ ਹੱਥ ਪੈਣ ਲੱਗ ਪੈਂਦੇ ਵੇ ਟਿੱਕਿਆ ਨਾ ਸਾੜ ਸੜੀ ਨੂੰ ਕੁਝ ਖਾ ਪੀ ਲਿਆ ਕਰ ਮਾਂ ਧੋਵੇਂ ਮੈਨੂੰ ਕੁਝ ਵੀ ਨਹੀਂ ਜੱਜਦਾ ਤੇਰੇ ਬਿਨਾ ਤੇ ਜਦ ਮਾਂ ਉੱਚੀ ਉੱਚੀ ਰੋਣ ਘੁਰ ਲਾਣ ਲੱਗ ਪੈਂਦੀ ਪੀਰ ਜੀ ਕੁੰਡੀ ਲਾਉਂਦੇ ਤਾਂ ਪੀਰ ਜੀ ਨੂੰ ਰਹਿਮ ਆ ਜਾਂਦਾ ਬੁਹਾ ਖੋਲ ਕੇ ਬਾਹਰ ਖੜੀ ਮਾਂ ਨੂੰ ਜੱਫਾ ਮਾਰ ਕੇ ਆਪ ਵੀ ਰੋਣ ਲੱਗ ਪੈਂਦੇ ਜਨਨਤੇ ਪੁੱਛਦੀ ਤੇ ਬਸ ਇਨਾ ਆਖਦੇ ਮਾਂ ਮੈਂ ਕੂੜ ਨਾਲ ਲੜ ਰਿਆਂ ਤੇ ਡਰਨਾ ਮੇਰੇ ਆਲੇ ਦੁਆਲੇ ਝੂਠ ਦੀਆਂ ਉੱਚੀਆਂ ਕੰਧਾਂ ਨੇ ਜਿਨ੍ਹਾਂ ਨੂੰ ਮੈਂ ਉਲੰਘ ਨਹੀਂ ਸਕਦਾ ਮੇਰਾ ਛੇੜਾ ਮੇਰੇ ਨਾਲ ਏ ਤੇਰੇ ਜਾਂ ਕਿਸੇ ਹੋਰ ਨਾਲ ਨਹੀਂ ਤੁਹਾਡੀ ਚਾਲ ਨਾਲੇ ਤੁਸੀਂ ਕਹਿੰਦੇ ਕੋਜੋ ਕਰ ਦੇ ਕੋਜੋ ਬਸ ਇਹੋ ਮੂਲ ਫਸਾ ਦੇ ਮੈਂ ਸਾਰੇ ਜੱਗ ਦੇ ਝੂਠ ਤੇ ਸੱਚ ਕੁਰਬਾਨ ਕਰ ਦਿਆਂ ਤੇਰੇ ਤੋਂ ਤੁਰਾਲ ਕੇ ਰਹਿ ਭੈਣ ਭਰਾਵਾਂ ਵਾਂਗ ਦੁਨੀਆ ਵਾਂਗ ਮੇਰਾ ਇਹ ਸੱਲ ਲਈ ਪਈ ਤੂੰ ਆਖੇ ਨਹੀਂ ਲੱਗਦਾ ਇਉਂ ਮਾਂ ਪੁੱਤ ਚ ਮੁਕਾਲਮਾ ਸ਼ੁਰੂ ਹੋ ਜਾਂਦਾ ਮਾਂ ਤੂੰ ਜਿਸ ਪੈਰ ਤੇ ਜਾ ਸੱਚ ਬੋਲਣੀ ਏ ਉਸੇ ਪੈਰ ਤੇ ਝੂਠ ਬੋਲਣ ਲੱਗ ਪੈਣੀ ਏ ਤੇ ਇਹ ਮੇਰਾ ਸੱਲ ਏ ਮਹਿਮਾਨ ਜੋ ਹੋਈ ਹਾਂ ਤੂੰ ਮਾਂ ਜੋ ਹੋਈ ਜੰਨਤੇ ਦਾ ਪਿੱਟ ਸਿਆਪਾ ਪੀਰ ਜੀ ਹੋਰਾਂ ਨੂੰ ਕੋਠੜੀ ਚੋਂ ਕੱਢ ਕੇ ਲਿਆਇਆ ਪਰ ਉਹ ਟੱਬਰ ਚ ਰਲੇ ਨਹੀਂ ਸੂਰਜ ਨਿਕਲਦਾ ਤੇ ਉਹ ਘਰੋਂ ਟੁਰ ਜਾਂਦੇ ਚੰਗਾ ਤਰਕਾਲਾ ਵੇਲਾ ਹੁੰਦਾ ਤੇ ਪਰਤਦੇ ਹੱਥ 'ਚ ਕਦੇ ਇੱਕ ਲਫਾਫਾ ਹੁੰਦਾ ਤੇ ਕਦੇ ਦੋ ਇੱਕ ਚਾਟਾ ਦੂਜੇ 'ਚ ਦਾਲ ਦੂਲ ਜਾਂ ਮਿਰਚ ਮਸਾਲਾ ਕੋਠੜੀ ਦੀ ਕੰਧ ਨਾਲ ਤਿੰਨ ਇੱਟਾਂ ਦਾ ਚੁੱਲ੍ਹਾ ਦਾਲ ਪੱਕਦੀ ਆਪਣੀਆਂ ਦੋ ਟਿਕੀਆਂ ਆਪ ਲੌਂਦੇ ਤੇ ਕੱਲਿਆਂ ਬਹਿ ਕੇ ਖਾਂਦੇ ਕਿਸੇ ਨੂੰ ਸੁਲਾ ਵੀ ਨਹੀਂ ਸੀ ਮਾਰਦੇ ਮਾਪਿਆਂ ਵੱਲੋਂ ਕੱਲੀ ਸ਼ਹਿ ਨੂੰ ਉਸੇ ਤਰ੍ਹਾਂ ਪਰਤਾ ਦਿੰਦੇ ਨਾ ਇਹ ਮੇਰਾ ਰਿਜ਼ਕ ਨਹੀਂ ਫਿਰ ਜੀ ਦੇ ਵਰਤਾਰੇ ਤੋਂ ਗਮੀ ਖੁਸ਼ੀ ਦਾ ਕੋਈ ਪਤਾ ਨਹੀਂ ਸੀ ਲੱਗਦਾ ਜੇ ਕੋਈ ਗੱਲ ਕਰਨੀ ਹੁੰਦੀ ਤੇ ਮਾਨ ਨਾਲ ਕਰਦੇ ਉਹ ਵੀ ਤਾਂ ਜੇ ਜਨ ਤੇ ਪਹਿਲ ਕਰੇ ਨਹੀਂ ਤੇ ਆਪਣੇ ਹਾਲ ਮਸਤ ਉਹਨਾਂ ਦੀ ਕੋਠੜੀ ਦੇ ਅੰਦਰ ਝਾਕਣ ਦੀ ਕਿਸੇ ਚ ਹਿੰਮਤ ਨਹੀਂ ਸੀ ਅੱਜ ਭਾਵੇਂ ਉਹਨਾਂ ਦੇ ਬੁਸ਼ਰੇ ਉੱਤੇ ਡੂੰਗੀ ਤਪੱਸਿਆ ਦਾ ਹਲਾਲ ਨਹੀਂ ਸੀ ਆਇਆ ਪਰ ਵੇਖਣ ਵਾਲੇ ਨੂੰ ਅਜਿਹੀ ਨਿਗਾ ਦਾ ਉੱਤਰ ਦਿੰਦੇ ਕਿ ਤੱਕਣ ਵਾਲਾ ਤਰਬ ਕੇ ਰਹਿ ਜਾਂਦਾ ਇਥੋਂ ਤਾਂ ਹੀ ਪਈ ਜਨ ਤੇ ਵੀ ਉਹਨਾਂ ਨੂੰ ਨਿਗਾ ਭਰ ਕੇ ਤੱਕਣ ਤੋਂ ਝੱਕਦੀ ਸੀ ਇੱਕ ਦਿਹਾੜੇ ਵੱਡੇ ਸ਼ਾਹ ਉਹ ਰਜਨਨਤ ਬੀਬੀ ਨੂੰ ਸੜਕੇ ਦੱਸਿਆ ਪਤਾ ਏ ਤੇਰਾ ਸ਼ਹਿਜ਼ਾਦਾ ਪੁੱਤ ਕੀ ਕਰਤੂਤ ਕਰਦਾ ਬਾਹਰ ਜਾ ਕੇ ਜਨਨਤ ਤੇ ਤੇ ਖਾਨਿਆਂ ਚਲੀ ਗਈ ਉਛਾਤੀ ਫੜ ਕੇ ਤੱਕਣ ਲੱਗ ਪਈ ਸ਼ਾਹ ਜੀ ਉੱਚੀ ਉੱਚੀ ਬੋਲ ਰਹੇ ਸਨ ਮੈਨੂੰ ਤੇਨੇ ਕਿਧਰੇ ਮੂੰਹ ਦਿਖਾਣ ਜੋਗਾ ਨਹੀਂ ਛੱਡਿਆ ਉਹ ਸ਼ਾਹ ਦਾ ਪੁੱਤ ਹੋ ਕੇ ਤਗਾਰੀ ਢੋਵੇ ਲੋਕਾਂ ਦੀ ਮਜ਼ਦੂਰੀ ਕਰੇ ਓਏ ਰੱਬ ਦੀਆਂ ਰਹਿਮਤਾਂ ਨੂੰ ਨਿੰਦਦਾ ਏ ਓਏ ਮੈਨੂੰ ਤੇ ਡਾਰੇ ਮੇਰਾ ਸਾਰਾ ਆਵਾ ਹੀ ਨਾ ਉੱਥ ਜਾਈ ਇਹਦੇ ਚਾਲਿਆਂ ਨਾਲ ਇਹ ਸਾਰਾ ਤੇਰਾ ਕਸੂਰ ਏ ਤੇਰੇ ਲਾਡਾਂ ਵਗਾੜੇ ਮੁੰਡੇ ਨੂੰ ਸ਼ਾਹ ਜੀ ਤੁਹਾਡਾ ਪੁੱਤ ਅੱਲਾ ਲੋਕ ਜੋ ਹੈ ਜਨਤੇ ਨੇ ਗੱਲ ਮੁਕਾਣ ਦੀ ਕੀਤੀ ਤੁਹਾਨੂੰ ਸਭੋਂ ਖੁਸ਼ ਹੋਣਾ ਚਾਹੀਦਾ ਇੰਜ ਮਿਹਨਤ ਮਜ਼ਦੂਰੀ ਕਰਦੇ ਆਂ ਆਪਣੀ ਖੱਟੀ ਆਪ ਕਮਾ ਕੇ ਖਾਂਦੇ ਆਂ ਪੀਰ ਜੀ ਪੰਜਿਆਵਰਿਆਂ ਦੇ ਹੋ ਗਏ ਦਾੜੀ ਮੁੱਛ ਸਦਾ ਤੋਂ ਸਫਾ ਚੱਟ ਰੱਖਦੇ ਸਨ ਲਿਬਾਸ ਦਾ ਖਾਸ ਖਿਆਲ ਰੱਖਦੇ ਧੋ ਬਣਾ ਕੇ ਪਾਉਂਦੇ ਬੈਣ ਖਲੋਂ ਚ ਕੋਈ ਅਜਿਹੀ ਗੱਲ ਨਹੀਂ ਸੀ ਜਿਹੜੀ ਉਹਨਾਂ ਨੂੰ ਸਾਈਂ ਲੋਕ ਜ਼ਹਰ ਕਰੇ ਮਾਂ ਉਹਦੇ ਵੱਲ ਤਕਦੀ ਤੇ ਉਹਦੇ ਮਨ ਚ ਚਾਹ ਅੱਖਾਂ ਖੋਲ ਦੇ ਹੋਵੇ ਨਾ ਤੇ ਮੁੰਡੇ ਦਾ ਵਿਆਹ ਕਰ ਦੇ ਰਨ ਆ ਕੇ ਆਪੇ ਸੁੱਤਰ ਕਰ ਲਏਗੀ ਬਾਲ ਬੱਚੇ دار ਹੋਏਗਾ ਤੇ ਕੋਈ ਕਸਬ ਵੀ ਕਰੇਗਾ ਜੱਗ ਤੇ ਇੰਜ ਹੀ ਹੁੰਦੀ ਆਈ ਰੱਜੇ ਪੁਜੇ ਘਰ ਦੇ ਮੁੰਡਿਆਂ ਲਈ ਰਿਸ਼ਤਿਆਂ ਦਾ ਘਾਟਾ ਨਹੀਂ ਹੁੰਦਾ ਭੈਣ ਭਰਾਵਾਂ ਤੋਂ ਅਰ ਦੂਰ ਨੇੜਿਓਂ ਹਰ ਕੋਈ ਆਸ ਰੱਖਦਾ ਹੈ ਪੀ ਆਪਣੀ ਗਊ ਨੂੰ ਅਜਾਈ ਥਾਂ ਛੱਡੀ ਜਿੱਥੇ ਚਰਨ ਨੂੰ ਚੋਖਾ ਘਾਹ ਹੋਵੇ ਸੋ ਪੀਰ ਜੀ ਹੋਰਾਂ ਲਈ ਰਿਸ਼ਤਿਆਂ ਦੀ ਲਾਈਨ ਲੱਗ ਪਈ ਸੀ ਮਾਂ ਡਰਦੀ ਸੀ ਪੁੱਤਰ ਦੇ ਹੱਥ ਤੋਂ ਇੱਕ ਦਿਨ ਜਨਤ ਤੇ ਮੌਕਾ ਤਾੜ ਕੇ ਗੱਲ ਛੇੜੀ ਆਪਾਂ ਤੇਰਾ ਵਿਆਹ ਕਰ ਦੇਈਏ ਕਿਹਦੇ ਨਾਲ ਪੀਰ ਜੀ ਨੇ ਪੁੱਛਿਆ ਕੁੜੀ ਨਾਲ ਮੁੰਡਿਆਂ ਦੇ ਵਿਆਹ ਕੁੜੀਆਂ ਨਾਲ ਹੀ ਹੁੰਦੇ ਆਏ ਨੇ ਕੁੜੀ ਲੱਭ ਲਈਏ ਮੇਰੇ ਵਰਗੀ ਪੁੱਤਰ ਤੇਰੇ ਵਰਗਾ ਤੱਕ ਲਾਲਮਚ ਕੋਈ ਨਹੀਂ ਫਿਰ ਤੇ ਗੱਲ ਮੁੱਕ ਗਈ ਵਿਆ ਵੇਲੇ ਵਰਗਾ ਵਰਗਾ ਕੋਣ ਵੇਖਦਾ ਹੈ ਸੰਜੋਗ ਮਿਲਦੇ ਨੇ ਤੇ ਮਾਪਿਆਂ ਆਪਣਾ ਹਿਸਾਬ ਵੇਖਣਾ ਹੁੰਦਾ ਮੈਂ ਤੇ ਆਪਣਾ ਹਿਸਾਬ ਆਪ ਵੇਖਣਾ ਤੂੰ ਤੇ ਪੀਰ ਅੱਲਾ ਲੋਕ ਹੈ ਤੈਨੂੰ ਕੀ ਲੱਗੇ ਹਿਸਾਬ ਕਿਤਾਬ ਨਾਲ ਮਾਂ ਤੂੰ ਮੈਨੂੰ ਧਗਾਣੇ ਉਹ ਬਣਾਈ ਜਾ ਰਹੀਆਂ ਜੋ ਮੈਂ ਨਹੀਂ ਹਾਂ ਮਾਪਿਆਂ ਦੇ ਵਿੱਚ ਇਹ ਵੀ ਵੱਡਾ ਭੈੜ ਹੈ ਮੈਂ ਤੇ Eid ਬੱਕਰੀ ਤੇ ਸਿਵਾ ਕਦੀ ਮਸੀਤੇ ਵੀ ਨਹੀਂ ਗਿਆ ਤੇ ਨਮਾਜ਼ ਨਹੀਂ ਪੜੀ ਮਜ਼ਦੂਰ ਆਦਮੀ ਹੈ ਹੱਥ ਦੀ ਕਰਕੇ ਖਾਣਾ ਵੇਖਣਾ ਚਾਹਨਾ ਸੱਚ ਦਾ ਪੰਡਾ ਕਿੱਥੇ ਦੀ ਕਪੜਾਂ ਦਾ ਹੈ ਜਨਤੇ ਵਿਚਾਰੀ ਬਉ ਤੇਰੇ ਟੂਨੇ ਟੋਟਕੇ ਤਵੀਤ ਕੋਲ ਕੋਲ ਪਲਾਈ ਪਰ ਪੁੱਤਰ ਪਸਮਿਆ ਨਹੀਂ ਸਗੋ ਆਕੜ ਦਾ ਤੇ ਲਾਜਵਾਬ ਕਰ ਦਿੰਦਾ ਇਹ ਸਿਆਲ ਸਮੇ ਦੀ ਝਿਮ ਝਿਮਵਰਦੀ ਰਾਤ ਸੀ ਜਿਹਨੀ ਠੰਡੀ ਓਨੀ ਅੰਧੇਰੀ ਤੇ ਡੁੰਗੀ ਫੇਰ ਜਿ ਹੋਰੀ ਅਜੇ ਪਰਤੇ ਨਹੀਂ ਸਨ ਜਨਤੇ ਦੇ ਕਲੇਜੇ ਨੂੰ ਕਾਲ ਪੈ ਰਹੀ ਸੀ ਉਹਦੀਆਂ ਨਜ਼ਰਾਂ ਵੇੜੇ ਦੇ ਸਦਰ ਦਰਵਾਜ਼ੇ 'ਤੇ ਲੱਗੀਆਂ ਸਨ ਇਨੇ ਚ ਖੜਾਕ ਦੇਣੇ ਬੂਹਾ ਖੋਲਿਆ ਪੀਰ ਜੀ ਹੋਰੀ ਆ ਗਏ ਸਨ ਸਿਰ ਤੇ ਬੋਰੀ ਦੀ ਕੁੱਲੀ ਪਾਈ ਹੋਈ ਉਹਨਾਂ ਦੇ ਮਗਰ ਇੱਕ ਜਨਾਨੀ ਜਿਹਦੇ ਕੁਛੜੇ ਦੋ ਕੁ ਵਰਿਆਂ ਦਾ ਬਾਲ ਜਨਾਨੀ ਦੇ ਸਿਰ ਤੇ ਵੀ ਬੋਰੀ ਦੀ ਕੁੱਲੀ ਤਿੰਨਾ ਚੌ ਵਰਿਆਂ ਦਾ ਹੋਰ ਬਾਲ ਜਿਹੜਾ ਕਦੇ ਜਨਾਨੀ ਦੀ ਉਂਗਲ ਫੜਦਾ ਕਦੇ ਪੀਰ ਜੀ ਦੀ ਇਨੇ ਚ ਮੀ ਤੇਜ ਹੋ ਗਿਆ ਸ਼ਰਲਾਈਆਂ ਚੋਂ ਹਾਂ ਜੀਆਂ ਨੂੰ ਚੰਗਾ ਗੜੁੱਛ ਕੀਤਾ ਹੋਇਆ ਸੀ ਪਰ ਹੌਲੀ-ਹੌਲੀ ਵੇੜੇ ਨੂੰ ਪਾਰ ਕਰਦੇ ਕੋਠੜੀ ਵੱਲ ਵੱਧ ਰਹੇ ਸਨ ਤੇ ਜਨਤੇ ਅਜੇ ਸੋਚ ਰਹੀ ਸੀ ਕਿ ਪੀਰ ਜੀ ਦੇ ਭੈਣਾ ਭਰਾਵਾਂ ਚੋਲਰ ਪਾ ਦਿੱਤੇ ਇਹ ਕੋਣ ਨੇ ਕੋਣ ਇਹ ਮਿਰਕਾਰਵਲੀ ਜੀਮ ਨੂੰ ਤੇ ਤੁਹਾਡੀ ਪਰਜਾਈ ਹੈ ਕੀ ਮਾਂ ਦਾ ਮੂੰਹ ਟੱਡਿਆ ਰਹਿ ਗਿਆ ਸਿਰ ਨੂੰ ਭੌਣ ਜਿਹਾ ਆ ਗਿਆ ਤੇ ਉਬਰਾਂਡੇ ਦੇ ਕੋਲੇ ਦਾ ਸਾਰਾ ਲੈ ਕੇ ਖੜੀ ਹੋ ਗਈ ਵੇ ਓਡਣੀ ਅੱਲਾ ਮਾਰੀ ਦੋ ਬਾਲਾਂ ਦੀ ਮਾਂ ਇਹਦਾ ਤੇਰਾ ਕੀ ਹਾਨ ਵੀ ਤੇਰੇ ਲਈ ਸਾਕਾ ਥੋੜ ਸੀ ਲੋਕਾ ਮੇਰੀਆਂ ਬੁਰਵਾ ਕਸਾ ਛੱਡੀਆਂ ਤੇ ਤੂੰ ਜਾਂ ਨਿਕਲ ਜਾ ਮੇਰੇ ਘਰੋਂ ਇੰਨੀ ਪੈਰੀ ਪਰਤ ਜਾ ਜਨਤ ਤੇ ਭੰਬੜ ਬਣ ਗਈ ਪਰ ਪੀਰ ਜੀ ਬੜੇ ਸੌਖੇ ਸੁਭਾਅ ਆਪਣੀ ਕੋਠੜੀ ਦਾ ਜੰਦਰਾ ਖੋਲਿਆ ਲੈ ਭਾਗਵਾਨ ਇਹ ਸਾਡਾ ਘਰ ਏ ਅਸੀਂ ਦੋਵੇਂ ਜੀ ਦਸਾਂ ਨੌਆਂ ਦੀ ਕਮਾਈ ਕਰਾਂਗੇ ਬਾਲਾਂ ਨੂੰ ਪਾਲਾਂਗੇ ਸ਼ੁੱਧ ਰਿਜ਼ਕ ਹਲਾਲ ਤੇ ਤੇ ਜਨਾਨੀ ਕਿੰਨੀ ਦੇਰ ਪੀਰ ਜੀ ਦੇ ਮੂੰਹ ਨੂੰ ਬਿਟ ਬਿਟ ਤੱਕਦੀ ਰਹੀ ਫਿਰ ਉਹਦੀਆਂ ਅੱਖਾਂ ਚੋਂ ਅਥਰੂ ਵਗਣ ਲੱਗ ਪਏ ਪੀਰ ਜੀ ਉਹਦਮ ਮੂੰਹ ਬੁੱਕ ਚ ਲੈ ਲਿਆ ਜਨਾਨੀ ਕੰਬਦੀ ਕੰਬਦੀ ਨੇ ਆਖਿਆ ਤੂੰ ਮੈਂ ਨਮਾਣੀ ਨੂੰ ਗਲ ਲਾਇਆ ਏ ਤੇਰਾ ਰੱਬ ਰੱਖਾ ਤੇਰਾ ਅੱਲਾ ਵਾਲੀ ਅਖਤਰੀ ਤੂੰ ਭੁੱਲ ਜਾ ਮੈਂ ਕੌਣ ਆ ਤੇ ਕੀ ਆ ਤੂੰ ਭੁੱਲ ਜਾ ਤੂੰ ਕੀ ਏ ਅੱਜ ਤੋਂ ਮੈਂ ਤੇ ਤੂੰ ਇਕਾਂ ਤੂੰ ਨਹੀਂ ਜਾਣਦੀ ਮੈਂ ਅੰਦਰੋਂ ਕਿੰਨਾ ਕੱਲਾ ਸਾ ਤੂੰ ਮੈਨੂੰ ਭਾਰ ਦਿੱਤਾ ਏ ਅੱਜ ਮੈਂ ਖੁੱਲ ਕੇ ਰੋਣ ਜੋਗਾ ਹੋ ਗਿਆ ਫਿਰ ਬੁੱਚ ਬੁੱਚ ਅਖਤਰੀ ਦੇ ਗਲ ਲਾ ਕੇ ਰੋਣ ਲੱਗ ਪਿਆ ਉਹਨਾਂ ਨੂੰ ਰੋਂਦਿਆਂ ਵੇਖ ਕੇ ਬਾਲਾ ਉੱਚੀ ਉੱਚੀ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀ ਰੌਲਾ ਸੁਣ ਕੇ ਤਫੱਜ਼ਲ ਅਲੀ ਸ਼ਾ ਮুরিਦਾਂ ਨੂੰ ਹੁਜਰੇ 'ਚ ਛੱਡ ਕੇ ਨਸਦੇ ਆ ਗਏ ਪੀਰ ਦੀ ਕੋਠੜੀ ਅੱਗੇ ਆਣ ਖਲੋਤੇ ਫਿਰ ਛੇਤੀ ਸਾਰੀ ਗੱਲ ਉਹਨਾਂ ਦੀ ਸਮਝ ਆ ਗਈ ਤਾਂ ਦੋਨਾਂ ਦਰਵਾਜ਼ੇ 'ਤੇ ਖੜੇ ਆਪਣੇ ਟੱਬਰ ਨੂੰ ਹੁਕਮ ਦਿੱਤਾ ਤੁਸੀਂ ਜਾਓ ਆਪਣੇ ਥਾਉ ਥਾਂਈ ਮੈਨੂੰ ਇਹਦੇ ਕੋਲੋਂ ਉਹੀ ਉਮੀਦ ਸੀ ਉਹ ਇਤੋਂ ਵੀ ਚੱਕ ਕੇ ਥੋ ਆਪਣਾ ਛੂਟਾ ਪਲਾਣਾ ਤੇ ਇਸ ਮਾਂ ਨੂੰ ਨਾਲ ਲੈ ਕੇ ਤੇ ਨਾਸੇ ਥੋਂ ਮੈਂ ਤੇ ਬਹੁਤ ਚਿਰਾਂ ਦਾ ਤੇਰੇ ਤੋਂ ਭਰ ਚੁੱਕਿਆ ਵਾ ਦਫੇ ਹੋ ਜਾ ਵੱਡੇ ਸ਼ਾਹ ਜੀ ਅਜੇ ਆਪਣੀ ਗੱਲ ਨਹੀਂ ਸੀ ਮੁਕਾਈ ਤੇ ਪੀਰ ਜੀ ਅਖਤਰੀ ਦਾ ਹੱਥ ਫੜਿਆ ਕੋਠੜੀ ਚੋਂ ਬਾਹਰ ਆ ਗਈ ਅੱਜ ਉਹਨਾਂ ਆਪਣੀ ਕੋਠੜੀ ਦਾ ਬੂਹਾ ਵੀ ਨਹੀਂ ਢੋਆ ਜੰਦਰਾ ਵੀ ਨਹੀਂ ਝਾੜਿਆ ਦੋਹਾਂ ਜੀ ਆਪੋ ਆਪਣੀ ਕੁਲੀ ਸਿਰ ਤੇ ਚਾਈ ਪੀਰ ਜੀ ਦੂਜੇ ਹੱਥ ਚ ਟੁਰਦੇ ਬਾਲ ਦਾ ਹੱਥ ਫੜ ਲਿਆ ਬਿਨਾ ਕੋਈ ਗੱਲ ਆਖਿਆਂ ਕੋਈ ਉੱਤਰ ਦਿੱਤਿਆਂ ਹਵੇਲੀ ਦੇ ਬਰਾਂਡੇ ਦੀਆਂ ਬਾਉੜੀਆਂ ਉਤਰ ਗਏ ਗਲੀ 'ਚ ਗਿੱਟੇ-ਗਿੱਟੇ ਪਾਣੀ ਸੀ ਚਾਰੇ ਜੀ ਸਦਰ ਦਰਵਾਜ਼ਾ ਵੀ ਲੰਘ ਗਏ ਤੇ ਗਲੀ 'ਚ ਦਰਿਆ ਵਗ ਰਿਹਾ ਸੀ ਪੀਰ ਜੀ ਜ਼ਰਾ ਕੋ ਜੱਕੇ ਫਿਰ ਬਿਨਾ ਪਿੱਛੇ ਮੁੜ ਕੇ ਵੇਖਿਆਂਗਾ ਵਧਨ ਨਾ ਪਈ ਪਿੱਛੇ ਵੀ ਕਿਸੇ ਸੱਦ ਨਾ ਮਾਰੇ ਤਾਨੂੰਆ